ਇਤਿਆਤ ਨਹੀਂ ਕੀਤੀ, ਜਿਨ੍ਹਾਂ ਨੇ ਬੇਇਤਿਆਤੀ ਕੀਤੀ ਹੈ ਉਹਨਾਂ ਦੇ ਘਰ ਗੌਰਮੈਂਟ ਨੇ ਆ ਕੇ ਸੀਲ ਕਰ ਛੱਡੇ। 60 ਘਰ ਕਹਿੰਦੇ ਚਾਚੇ ਨਾਰੇ ਦਾ ਘਰ ਸੀਲ ਹੋ ਗਿਆ, ਚਾਚੇ ਖਿਦਰੇ ਦਾ ਘਰ ਸੀਲ ਉਹਨਾਂ ਕਰ ਛੱਡਿਆ, ਚਾਚੇ ਯਾਰਾ ਦਾ ਵੀ ਕਰ ਛੱਡਿਆ ਨਾ, ਚਾਚੇ ਅਸਲਮ ਦਾ ਵੀ ਕਰ ਛੱਡਿਆ ਨਾ। ਅਤੇ ਮੈਂ ਨਹੀਂ ਚਾਹੁੰਦਾ ਅਸੀਂ ਬੇਇਤਿਆਤੀ ਦੀ ਵਜ੍ਹਾ ਤੋਂ ਸਾਡਾ ਵੀ ਘਰ ਸੀਲ ਕਰੇ, ਬਜਾਏ ਕਿ ਕੋਈ ਗੁੰਮਤ ਸਾਡੀ ਬਾਹਰੋਂ ਤਾਲਾ ਆ ਕੇ ਮਾਰੇ, ਅਸੀਂ ਅੰਦਰੋਂ ਤਾਲੇ ਮਾਰਨੇ ਤਾਂ ਕਿ ਸਾਡਾ ਬੱਚਾ ਵੀ ਬਾਹਰ ਨਾ ਜਾਵੇ, ਅਸੀਂ ਵੀ ਬਾਹਰ ਨਾ ਜਾਈਏ। ਜਿਹੜੀ ਸ਼ਾਇਦ ਜ਼ਰੂਰੀ ਹੋਈ ਟਾਈਮ ਉਹ ਅਸੀਂ ਆਪ ਜਾ ਕੇ ਲੈ ਆਵਾਂਗੇ, ਇੱਕ ਬੰਦਾ ਜਾਵਾਂਗੇ ਰਾਸ਼ਨ ਜਾਂ ਜਿਹੜੀ ਚੀਜ਼ ਚਾਹੀਦੀ ਉਹ ਲੈਵਾਂਗੇ। ਠੀਕ, ਇਹ ਮੈਸੇਜ ਮੇਰਾ ਲੋਕਾਂ ਤੱਕ ਵੀ ਹੈ ਵੀ ਅੰਦਰੋਂ ਤਾਲੇ ਮਾਰ ਲਓ, ਬਾਹਰੋਂ ਨਾ ਤਾਲਾ ਕੋਈ ਵੱਜ ਜਾਵੇ, ਮਤਲਬ ਗੌਰਮੈਂਟ ਨਾ ਮਾਰੇ, ਆਪਣੀ ਇਤਿਹਾਸ ਕਰੋ, ਫੁੱਲ ਵੱਡਾ ਗੁੱਲ ਇਤਿਹਾਸ ਕਰੋ। ਠੀਕ ਹੈ, ਲਿਆਦਾ ਇਸ ਮੈਸੇਜ ਨਾਲ ਅਸੀਂ ਚੱਲਣਾ, ਸਾਡਾ ਇੱਕ ਛੋਟਾ ਜਿਹਾ ਚੈਨਲ ਵੀ ਹੈ, ਠੀਕ ਹੈ, ਜਿਹਦਾ ਨਾਂ ਹੈ ਬੋਲ ਪੰਜਾਬੀ ਦੇ ਨਾਂ ਤੋਂ। ਉਹ ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੇ ਤਾਂ ਉਹਦੇ ਉੱਤੇ ਤੁਸੀਂ ਸਬਸਕ੍ਰਾਈਬ ਕਰੋ, ਤਾਂ ਕਿ ਅਸੀਂ ਹੁਣ ਅੱਜ ਕੱਲ੍ਹ ਅੱਗੋਂ ਅਸੀਂ ਵੀਡੀਓ ਹੀ ਬਣਾਉਣੀ ਹੈ ਤੁਹਾਡੇ ਵਾਸਤੇ, ਹੋਰ ਅਸੀਂ ਕੁਝ ਨਹੀਂ ਕਰਨਾ, ਤੋਂ ਮੈਸੇਜ ਵਾਲੀ ਬਣਾਵਾਂਗੇ। ਓਕੇ, ਇਹਦੇ ਨਾਲ ਹੀ ਮਦਰ ਰਸੀਦ ਨੂੰ ਅਤੇ ਰਾਸ਼ਦ ਸਾਹਿਬ ਨੂੰ ਇਜਾਜ਼ਤ ਦਿਓ, ਅੱਲਾ ਹਾਫਿਜ਼।